ਇੱਥੇ ਹਾਜੀ ਹੁੰਦੇ ਨੇ ਥੱਲੇ ਕਲੀਨਾਂ ਪਾਈਆਂ ਹੁੰਦੀਆਂ ਉਸ ਤੋਂ ਮੈਂ ਕਿਹਾ ਇੱਥੇ ਹਾਜੀ ਹੁਣ ਸੌਂਦੇ ਨੇ ਇਸ ਜਗ੍ਹਾ ਤੇ ਮੈਂ ਹਾਜ਼ਰਾਂ ਨੂੰ ਰੋਕਿਆ ਸੀ ਇਸ ਜਗ੍ਹਾ ਤੇ ਇਸਮਾਇਲ ਇਸਲਾਮ ਨੂੰ ਰੋਕਿਆ ਸੀ ਦਰਮਿਆਨ ਛਾਂ ਨਹੀਂ ਨਹੀਂ ਜਿਹੜਾ ਉੱਪਰ ਪਾਇਆ ਹੋਇਆ ਨਾ ਛਾਂ ਵਾਸਤੇ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਸਾਈਡਾਂ 'ਚ ਪੱਖੇ ਵੀ ਲੱਗੇ ਦੇਖੋ ਲੱਗੇ ਹੈ ਨਾ ਅਤੇ ਪੱਖਿਆਂ 'ਚ ਪਾਣੀ ਆਉਂਦਾ ਰਾਸ਼ਨ ਦਾ ਆਉਣਾ ਗਰਮੀ ਕਰਕੇ ਇੱਥੇ ਯਾਨੀ ਕਿ ਮਾਰ ਕੇ ਉਸ ਤੋਂ ਬਾਅਦ ਇੱਥੋਂ ਅਤੇ ਅੱਗੇ ਅਸੀਂ ਦੋ ਅੱਗੇ ਅਸੀਂ ਦੋ ਪੋਸਟ ਅਤੇ ਉਹਦੇ ਸ਼ਹੀਦ ਹੋਏ ਨਾ ਫਿਰ ਇਹਨਾਂ ਨੇ ਅੱਠ ਬਣਾ ਦਿੱਤੇ ਗਏ ਇੱਕ ਦੋ ਤਿੰਨ ਚਾਰ ਜਿਹੜੇ ਥੱਲੋਂ ਟੋਸ ਅਤੇ ਉੱਥੋਂ ਆਉਂਦੇ ਨੇ ਇੱਥੋਂ ਹੀ ਵਾਪਸ ਜਾਂਦੇ ਨੇ ਇੱਕ ਆਹ ਜਿਹੜੀ ਇਹਨਾਂ ਦੇ ਵਿੱਚ ਇਸ ਤਰ੍ਹਾਂ ਲੱਗੀ ਹੋਈ ਹੈ ਆੜੀ ਬਿਲਡਿੰਗ ਹੈ ਨਾ ਇਹਦੇ ਵਿੱਚ ਪਰਲੀ ਸਾਈਡ ਸਰੋਜ ਦਾ ਅੱਛਾ ਵੱਡਾ ਸਿਤਾਨ ਉਹਨੂੰ ਕਹਿੰਦੇ ਹਾਂਜੀ ਵੱਡਾ ਕਬੀਰ ਸ਼ੋਇਆ ਸਗੀਰ ਸ਼ੋਇਆ ਸਗੀਰ ਸਰੋਜ ਆਖਰੀ ਆ ਵੱਡਾ ਉਹ ਉਸ ਛੋਟਾ ਉਸ ਉੱਥੇ ਉਹ ਉੱਥੇ ਆ ਕੇ ਹਰ ਕਬਰ ਮਿਲਾ ਸੋ ਉੱਥੇ ਇਬਰਾਹਿਮ ਅਲੈਹਿਸ ਸਲਾਮ ਰੁਕਿਆ ਸੀ ਵੱਡਾ ਉਹ ਉੱਥੇ ਉੱਥੇ ਇਬਰਾਹਿਮ ਅਲੈਹਿਸ ਸਲਾਮ ਨੇ ਚੱਕਰ ਮਾਰੀ ਇਸ ਜਗ੍ਹਾ ਤੇ ਅਮਾ ਹਾਜ਼ਰ ਹੋ ਗਿਆ ਇਸ ਜਗ੍ਹਾ ਤੇ ਬਿਨਾਂ ਭੇਜ ਬਣ ਕੇ ਜਿਹੜਾ ਵਿੱਚ ਬਣਿਆ ਨਾ ਯਾਨੀ ਕਿ ਛਾਂ ਵਾਸਤੇ ਬਣਾਇਆ ਹੋਇਆ ਹਾਜੀ ਗੁਜ਼ਰਦੇ ਨਾ ਗਰਮੀ ਬਹੁਤ ਹੁੰਦੀ ਛਾਂ ਅਤੇ ਫਿਰ ਰਸ਼ ਲੱਗ ਜਾਂਦਾ ਖਲੋ ਜਾਂਦੇ ਨਾ ਹਾਜੀ ਮਾਰਨ ਵਾਸਤੇ ਅਤੇ ਫਿਰ ਜਦੋਂ ਖਲੋਂਦੇ ਆ ਘਰਵਾਸ ਵੀ ਮਾਰਦਾ ਅਤੇ ਜਿੰਨੇ ਵੀ ਲੱਗੇ ਆ ਨਾ ਜੀ ਪੱਖਿਆਂ ਦੇ ਵਿੱਚ ਪਾਣੀ ਦੇ ਹਾਂਜੀ ਥੱਲੇ ਵੀ ਉੱਪਰ ਵੀ ਹਰ ਜਗ੍ਹਾ 'ਤੇ ਆਉਂਦੇ ਥੱਲੇ ਵੀ ਸਾਰੇ ਉਹ ਦੇਖਣਾ ਕਿ ਥੱਲੇ ਵੀ ਗੌਰ ਕਰੋ ਥੱਲੇ ਵੀ ਦੀਵਾਰ ਜਾਂਦੀ ਆ ਤੋੜ ਜਾਂਦੀ ਹੈ ਉੱਪਰ ਵਾਲੇ ਉੱਪਰ ਪਹਿਲੇ ਅਸੀਂ ਐਸ ਪੀ ਵਾਲਾ ਦੀਵਾਰ ਨਹੀਂ ਦਿੰਦੇ ਐਸ ਪੀ ਅਸੀਂ ਦੋ ਪੋਸਟ ਫਿਰ ਉਹਦੇ ਉੱਪਰ ਚੁੱਕ ਦਿੱਤਾ ਕਿਉਂਕਿ ਉਹ ਹਾਜੀ ਸ਼ਹੀਦ ਹੋਏ ਨਾ ਬਹੁਤ ਜ਼ਿਆਦਾ ਇਹਨਾਂ ਨੇ ਮੰਜ਼ਿਲਾਂ ਬਣਾ ਲਈ ਵੀ ਆਰਾਮ ਨਾਲ ਹਾਜ਼ਰ